successfully. Hello. ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਸੌਰੀ ਯਾਰ, ਕੱਲ੍ਹ ਵੀਡੀਓ ਨਹੀਂ ਪਾ ਸਕਿਆ, ਨੈੱਟ ਪੈਕ ਖਤਮ ਹੋਣ ਕਾਰਨ। ਅਤੇ ਅੱਜ ਤੁਹਾਨੂੰ ਦੱਸਦੇ ਹਾਂ ਉਹਨਾਂ ਲੋਕਾਂ ਦੀ ਗੱਲ, ਜਿਹੜੇ ਕੋਈ ਵੀ ਗੱਲ ਹੋਵੇ ਨਾ, ਗੱਲ ਗੱਲ 'ਤੇ ਬੰਦੇ ਨੂੰ ਟੋਕਣ ਦੀ ਉਹਨਾਂ ਦੀ ਆਦਤ ਹੁੰਦੀ ਹੈ, ਹਰ ਗੱਲ 'ਤੇ ਟੋਕਣਗੇ ਕਿਸੇ ਨਾ ਕਿਸੇ ਨੂੰ। ਜਿਵੇਂ ਕੋਈ ਬੰਦਾ ਹੁਣ ਗੱਲ ਕਰੀ ਜਾਂਦਾ, ਉਹ ਵਿੱਚ ਟੋਕ ਦੇਣਗੇ, ਉਹ ਨਹੀਂ ਵੇ ਇਹ ਗੱਲ ਹੈ ਨਹੀਂ ਸੀ, ਤੈਨੂੰ ਐਂ ਬੜਾ ਪਤਾ, ਉਹਨੂੰ ਵਿੱਚੋਂ ਟੋਕ ਦੇਣਗੇ। ਜਿਵੇਂ ਕੋਈ ਚੀਜ਼ ਲੈਣ ਲੱਗਿਆ ਬੰਦਾ, ਉਹਨੂੰ ਦੱਸ ਦੇਣਾ ਯਾਰ ਮੈਂ ਫਲਾਣੀ ਚੀਜ਼ ਲੈ ਕੇ ਲਿਆ, ਉਹ ਪਹਿਲਾਂ ਹੀ ਟੋਕ ਦੇਣਗੇ, ਉਹ ਨਾ ਲੈ ਕੀ ਕਰਨਾ ਤੁਸੀਂ, ਇੰਨੀਆਂ ਚੀਜ਼ਾਂ ਤੁਹਾਡੇ ਘਰੇ ਹੈਗੀਆਂ, ਵੀ ਅਗਲੇ ਨੇ ਸ਼ੌਂਕ ਨੂੰ ਲੈਣੀ ਹੈ, ਉਹ ਟੋਕਤਾ। ਅਗਲੇ ਦਾ ਮੂਡ ਖਰਾਬ ਹੋ ਜਾਂਦਾ ਵੀ ਦਫਾ ਕਰ ਯਾਰ ਸਾਲਾ, ਨੈਸ਼ ਮੱਥੇ ਲੱਗਿਆ ਸੀਗਾ ਆਹ ਟੋਕ ਗਿਆ। ਠੀਕ ਹੈ, ਹੁਣ ਬੰਦੇ ਨੇ ਕੋਈ ਗੱਲ ਕਰਨੀ ਹੈ ਯਾਰ, ਅੱਜ ਨਾ ਅਸੀਂ ਫਲਾਨੀ ਰਿਸ਼ਤੇਦਾਰੀ 'ਤੇ ਜਾ ਕੇ ਆਉਣਾ, ਉਹ ਦਫਾ ਕਰ ਯਾਰ ਕੀ ਲੈਣ ਜਾਣਾ, ਤੁਹਾਡੇ ਕੋਈ ਆਉਂਦਾ, ਟੋਕਤਾ। ਵੀ ਉੱਥੋਂ ਵੀ ਉਹਨਾਂ ਨੇ ਟੋਕਣਾ ਵੀ ਉਹ ਉਹਨਾਂ ਦੀ ਰਿਸ਼ਤੇਦਾਰੀ, ਅਗਲਾ ਜਾਵੇ ਨਾ ਜਾਵੇ ਤੁਸੀਂ ਵਿੱਚੋਂ ਮਖਾਣੇ ਲੈਣੇ, ਟੋਕਤਾ। ਚੰਗਾ ਭਲਾ ਬੰਦਾ ਉਹ ਕਹਿੰਦਾ ਯਾਰ ਇਹ ਤਾਂ ਕਿੱਥੋਂ, ਇਹ ਸਾਲਾ ਮਰਿਆ ਕਿਉਂ ਨਹੀਂ ਗਿਆ ਇਹ ਅਜੇ ਤੱਕ। ਅਤੇ ਹੋਰ ਤਾਂ ਹੋਰ ਇਹਨਾਂ ਟੋਕਣ ਦੀ ਆਦਤ ਇੰਨੀ ਹੁੰਦੀ ਹੈ ਨਾ, ਇਹ ਕਿਤੇ ਵੀ ਜਾ ਕੇ ਟੋਕ ਦੇਣਗੇ ਵਿੱਚ, ਇਹਨਾਂ ਨੇ ਟੋਕਣਾ ਹੀ ਟੋਕਣਾ। ਜਿਵੇਂ ਕੋਈ ਕੱਪੜਾ ਲੈਂਦਾ ਦੁਕਾਨ ਤੋਂ ਕਿਸੇ ਤੋਂ, ਆਹ ਫਲਾਨਾ ਕੱਪੜਾ ਦਿਖਾਈ ਵੀਰੇ, ਉਹ ਆਹ ਨਾ ਲਓ ਓਏ, ਇਹ ਪਹਿਲਾਂ ਅਸੀਂ ਵੀ ਲਿਆ ਸੀਗਾ, ਬੇਕਾਰ ਹੁੰਦਾ। ਚੱਲ ਭਾਈ ਟੋਕਤਾ। ਅਗਲਾ ਕਹਿੰਦਾ ਦਫਾ ਕਰ ਯਾਰ ਇਹ ਕਿੱਥੋਂ ਸਾਲਾ ਜੰਮਿਆ, ਇਹ ਲੈਣਾ ਹੀ ਹੈ ਸਾਲਾ, ਇਹ ਤਾਂ ਉਹਨੂੰ ਘਰੇ ਕੌਣ ਵਾੜਦਾ। ਉਹ ਦੁਕਾਨ ਵਾਲਾ ਵੀ ਕਹਿੰਦਾ ਬਾਈ ਯਾਰ ਜੇ ਤੂੰ ਆਪ ਕੋਈ ਚੀਜ਼ ਨਹੀਂ ਲੈਣੀ ਤਾਂ ਅਗਲੇ ਨੂੰ ਤਾਂ ਲੈਣ ਦੇ, ਆਪ ਤੇਰੇ ਕੋਈ ਪਸੰਦ ਨਹੀਂ ਆਉਂਦੀ, ਦੂਜੇ ਨੂੰ ਤੁਸੀਂ ਲੈਣ ਨਹੀਂ ਦਿੰਦਾ, ਤੈਨੂੰ ਚਾਹੀਦਾ ਕੀ ਹੈ। ਇਹੋ ਜਿਹੇ ਬੰਦੇ ਟੋਕਦੇ ਬਹੁਤ ਹੈ ਅਤੇ ਬੇਇੱਜ਼ਤੀ ਵੀ ਬਹੁਤ ਕਰਾਉਂਦੇ ਆ, ਬਿਨਾਂ ਮਤਲਬ ਤੋਂ ਕਿਸੇ ਵੀ ਗੱਲ ਤੋਂ ਟੋਕਣਗੇ। ਜਿਵੇਂ ਹੁਣ ਕੋਈ ਬੱਸ 'ਚ ਜਾਂਦੇ ਆ, ਬੱਸ 'ਚ ਕੋਈ ਬੰਦਾ ਸ਼ੀਸ਼ੇ ਵਾਲੇ ਪਾਸੇ ਬਹਿ ਗਿਆ, ਉਹ ਸ਼ੀਸ਼ੇ ਵਾਲੇ ਪਾਸੇ ਨਾ ਬੈਠੋ, ਲੈ ਲੈ ਇਹਦੇ 'ਚ ਵੀ ਕੋਈ ਗੱਲ ਹੁੰਦੀ ਯਾਰ ਟੋਕਣ ਵਾਲੀ, ਉੱਥੇ ਵੀ ਉਹਨਾਂ ਨੂੰ ਕਹਿਤਾ। ਤੈਨੂੰ ਕਿੰਨੇ ਵਾਰੀ ਕਿਹਾ ਵਿੱਚ ਉਹਨਾਂ ਨੇ ਗੱਲ ਆਪਦੀ ਗੱਲ ਮਨਾਉਣੀ ਆ, ਬੰਦੇ ਨੂੰ ਟੋਕਣਾ ਹੀ ਟੋਕਣਾ ਵੀ ਆਹ ਕੰਮ ਤੂੰ ਨਾ ਕਰ। ਹੁਣ ਜਿਵੇਂ ਕੋਈ ਡਾਕਟਰ ਕੋਲ ਗਿਆ, ਕਈ ਬੰਦੇ ਤਾਂ ਡਾਕਟਰ ਨੂੰ ਟੋਕ ਦਿੰਦੇ ਆ, ਉਹ ਗੱਲ ਸੁਣ ਬੁਖਾਰ 'ਤੇ ਟੀਕਾ ਨਾ ਲਾਇਆ ਕਰ। ਉਹ ਕਹਿੰਦਾ ਯਾਰ ਬੁਖਾਰ 'ਤੇ ਟੀਕਾ ਲਾਉਂਦਾ ਕੌਣ ਆ, ਵਾਲੇ ਬੁਖਾਰ 'ਤੇ ਤਾਂ ਲਾਉਂਦੇ ਨਹੀਂ ਅਸੀਂ। ਅੱਛਾ ਫਿਰ ਤਾਂ ਸਿਆਣਾ ਯਾਰ ਤੂੰ, ਫਿਰ ਹੋਰ ਗੱਲ ਤੋਂ ਟੋਕਣਗੇ। ਉਹ ਗੱਲ ਸੁਣ, ਆਹ 6:00 ਤੋਂ ਟੀਕਾ ਨਹੀਂ ਲਾਈਦਾ ਹੁੰਦਾ, ਲੋਹੇ ਵੱਜੇ ਤੋਂ ਅੱਗੇ ਅੱਗੇ ਲੋਹਾ ਵੱਜਿਆ ਤੂੰ ਹੋਰ ਲੋਹਾ 'ਚ ਬੋ ਦਿੰਦਾ ਅਗਲੇ 'ਤੇ। ਉਹ ਕਹਿੰਦਾ ਵੀਰੇ ਟੈਟਨਸ ਦਾ ਲੱਗਦਾ, ਉਹ ਟੋਕਣ ਦੀ ਆਦਤ ਇੰਨੀ, ਉਹ ਗੱਲ ਗੱਲ 'ਤੇ ਬੰਦੇ ਨੂੰ ਟੋਕਣਗੇ। ਕੋਈ ਹੁਣ ਤੁਰਿਆ ਜਾਂਦਾ, ਉਹਨੇ ਕਹਿੰਦਾ ਯਾਰ ਬਾਈ ਹੋਏ ਅੱਜ ਨਾ ਆਪਾਂ ਮੀਟ ਬਣਾਉਣੇ ਆ, ਉਹਨੂੰ ਵੀ ਟੋਕ ਦੇਣਗੇ, ਓਏ ਨਹੀਂ ਹੋਏ ਤੂੰ ਮੀਟ ਨਾ ਬਣਾਈ ਯਾਰ, ਪਤਾ ਚੱਕਰ ਕੀ ਹੈ, ਉਹਨਾਂ ਅੱਜ ਕੱਲ੍ਹ ਬੱਕਰਾ ਕਹਿ ਕੇ ਬੱਕਰਾ ਅਤੇ ਸਾਲੇ ਕੁੱਤਾ ਵੇਚ ਦਿੰਦੇ ਆ, ਉੱਥੇ ਵੀ ਟੋਕ। ਮਤਲਬ ਉਹਨਾਂ ਨੂੰ ਟੋਕਣ ਦੀ ਇੰਨੀ ਗੰਦੀ ਆਦਤ ਹੁੰਦੀ ਵੀ ਕਿਸੇ ਨੂੰ ਵੀ ਕਿਸੇ ਵੀ ਗੱਲ 'ਤੇ ਟੋਕ ਸਕਦੇ ਆ ਕਦੇ ਵੀ, ਇਹ ਤੁਹਾਡੇ ਨੇੜੇ ਤੇੜੇ ਬੰਦੇ ਹੋਣਗੇ। ਅਤੇ ਬਾਕੀ ਵੀਰੇ ਸੋਰੀ ਯਾਰ ਕੱਲ੍ਹ ਵੀਡੀਓ ਨਹੀਂ ਪਾ ਸਕਿਆ, ਅਤੇ ਹੁਣ ਆਪਾਂ ਲਗਾਤਾਰ ਬੈਕ ਟੂ ਬੈਕ ਵੀਡੀਓ ਪਾਇਆ ਕਰਾਂਗੇ, ਅਤੇ ਤੁਸੀਂ ਐਂ ਬਸ ਸਬਸਕ੍ਰਾਈਬ ਕਰਦੇ ਰਹੋ। ਅਤੇ ਇੱਕ ਗੱਲ ਹੋਰ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਸਾਰੇ ਮੈਨੂੰ ਜਾਣਦੇ ਆ, ਠੀਕ ਹੈ, ਅਤੇ ਉਹ ਜਿਹੜੇ ਗਰੁੱਪਾਂ 'ਚ ਪਾਉਂਦੇ ਆ ਗਰੁੱਪ ਵੀ ਮੈਨੂੰ ਜਾਣਦੇ ਆ। ਯਾਰ ਜਾਣ ਪਛਾਣ ਵਾਲੇ ਨਹੀਂ, ਮੇਰੀ ਜਾਣ ਪਛਾਣ ਵਾਲੇ ਗਰੁੱਪਾਂ 'ਚ ਨਾ ਪਾਓ, ਜਿਹੜੇ ਤੁਹਾਡੀ ਆਪਦੀ ਜਾਣ ਪਛਾਣ ਵਾਲੇ ਆ, ਮਤਲਬ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਉਹ ਮੈਨੂੰ ਨਹੀਂ ਜਾਣਦੇ, ਉਸ ਗਰੁੱਪ 'ਚ ਪਾਓ, ਉਹਨਾਂ ਤੱਕ ਵੀਡੀਓ ਪਹੁੰਚਾਓ, ਫਿਰ ਪਤਾ ਲੱਗੂ। ਕਿਉਂਕਿ ਆਪਦੀ ਜਾਣ ਪਛਾਣ ਵਾਲੇ ਬੰਦੇ ਨੂੰ ਤਾਂ ਪਤਾ ਹੀ ਹੁੰਦਾ ਵੀ ਬੰਦੇ 'ਚ ਕੀ ਗੱਲ ਹੈ ਅਤੇ ਕੀ ਨਹੀਂ ਹੈਗੀ, ਬਾਹਰਲੇ ਲੋਕਾਂ ਨੂੰ ਵੀ ਕੁਛ ਪਤਾ ਲੱਗਣਾ ਚਾਹੀਦਾ, ਇਹ ਕੋਸ਼ਿਸ਼ ਜ਼ਰੂਰ ਕਰਿਆ ਕਰੋ ਮੇਰਾ ਬਾਈ। ਬਾਕੀ ਥੈਂਕ ਯੂ।